ਪ੍ਰਾਣਪੁਰ ਹੈ ਜੀ। ਕੀ ਹਾਲ ਬਾਬਾ ਜੀ? ਹਾਲ ਵਧੀਆ। ਤੁਸੀਂ ਪੋਸਟ ਪਾਈ ਸੀ, ਮੈਨੂੰ ਕਿਸੇ ਨੇ ਭੇਜੀ ਆ, ਉਹ ਵੀ ਸੰਤਾਂ ਦੀ ਤਾਰੀਫ ਕਰਨ ਬਾਰੇ। ਭਾਜੀ ਤਾਰੀਫ ਨਹੀਂ ਨਾ ਕਰਨੀ ਆਪਾਂ ਨੇ, ਕਾਂਗਰਸ ਪਾਰਟੀ ਆ ਸਰ। ਕਾਂਗਰਸ ਪਾਰਟੀ ਦਾ ਕੀ ਮਤਲਬ ਆ? ਤੂੰ ਤਾਰੀਫ ਕਰਨ, ਹੁਣ ਤੈਨੂੰ ਪੁੱਛ ਕੇ ਤਾਰੀਫ ਕਰਾਂਗੇ ਅਸੀਂ ਸੰਤਾਂ ਬਾਰੇ? ਨਹੀਂ ਪੁੱਛਣਾ ਪਊ ਕੀ ਸਿੱਖੀ ਅਸੀਂ ਸੰਤਾਂ ਦੀ। ਨਹੀਂ 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 ਭਾਜੀ, ਇਹੀ ਤਾਂ ਆਪਣੀ ਵਿਚਾਰਧਾਰਾ ਲੜਾਈ ਹੈ। ਤੇ ਵਿਚਾਰਧਾਰਾ ਤੇਰੀ ਆਪਦੀ ਹੋਊਗੀ, ਤੂੰ ਮੇਰੇ ਤੇ ਕਿਉਂ ਥੋਪ ਰਿਹਾ ਆਪਦੀ ਵਿਚਾਰਧਾਰਾ? ਬਈ ਤੂੰ ਕਿਵੇਂ ਕਹਿ ਸਕਦਾ? ਨਹੀਂ ਨਹੀਂ ਅਸੀਂ ਇਹ ਕਿਹਾ ਵੀ ਇਹ ਨਹੀਂ ਕਰਨਾ ਚਾਹੀਦਾ ਸਰ, ਕੰਮ ਜੀ ਸਭ ਨਹੀਂ ਕਰਨਾ ਚਾਹੀਦਾ ਜੀ। ਗੁਰਸਿਮਰਨ ਸਿੰਘ ਤੂੰ ਨਾ ਕਰ ਭਾਈ, ਤੈਨੂੰ ਕੌਣ ਕਹਿੰਦਾ ਕੀ ਕਰਨਾ ਕੀ? ਤੇਰੀ ਆਪਦੀ ਸੋਚ ਆ, ਮੇਰੀ ਆਪਣੀ ਸੋਚ ਆ, ਤੂੰ ਕਿਵੇਂ ਕਹਿ ਸਕਦਾ ਵੀ ਮੇਰਾ ਦਿਮਾਗ ਇਸ ਤੋਂ ਵਿਗੜ ਗਿਆ ਤੇ ਇਹ ਇਲੈਕਸ਼ਨ ਹਾਰ ਗਿਆ? ਭਾਜੀ ਗੱਲ ਦੱਸੋ, ਜਿਹੜੀ ਸਾਰੀ ਕਾਂਗਰਸ ਪਾਰਟੀ ਆਪਣੀ ਮੰਦੀ ਹੈ, ਦੀ ਗੱਲ ਕਿੱਥੋਂ ਆ ਗਈ? ਇੱਥੇ ਕੋਈ ਇਨਸਾਨੀਅਤ ਬੰਦੇ ਦੀ ਆਪਦੀ ਹੈਗੀ ਕਿ ਨਹੀਂ? ਕਮਾਲ ਕਰ ਦੋ। ਨਹੀਂ 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 ਭਾਜੀ, ਜਦੋਂ ਆਪਾਂ ਇੱਕ ਕਾਂਗਰਸ ਪਾਰਟੀ ਜੁੜੇ ਹੋਏ ਆ। ਜਦੋਂ ਤੂੰ ਜੰਮਿਆ ਸੀ ਉਦੋਂ ਕਾਂਗਰਸ ਹੀ ਸੀ ਕਿ ਇੱਕ ਸਿੱਖ ਸੀਗਾ? ਮੈਨੂੰ ਇੰਨਾ ਗੱਲ ਦੱਸ ਦੇ ਤੇਰਾ। ਇਹ ਨੀ ਹੁੰਦਾ ਨਾ ਭਾਜੀ, ਇਹ ਨੀ ਹੁੰਦਾ ਹੁੰਦਾ। ਜਿਹੜੀ ਦੁਨੀਆ ਦੇ ਵਿੱਚ ਆਪਾਂ ਜੰਮੇ ਆ। ਮੇਰੀ ਗੱਲ ਸੁਣ ਧਿਆਨ ਨਾਲ, ਤੂੰ ਆਪਦੇ ਜੋ ਕਰਨਾ ਕਰੀ ਚੱਲ, ਤੇਰੀ ਆਪਦੀ ਵਿਚਾਰਧਾਰਾ, ਤੇਰੀ ਆਪਦੀ ਸੋਚ ਆ, ਤੂੰ ਦੂਜੇ ਨੂੰ ਕਿਵੇਂ ਕਹਿ ਸਕਦਾ ਵੀ ਐਂ ਕਰ ਬਈ? ਮੁਬਾਰਕਬਾਦ ਜੋ ਮਰਜ਼ੀ ਕਰੋ, ਸਾਨੂੰ ਵੀ ਕਰਾ ਜਾ ਫਿਰ, ਪਰ ਕਾਂਗਰਸ ਪਾਰਟੀ ਕਹਿ ਕੇ ਨਾ ਆਪਾਂ ਗੱਲ ਕਰ ਸਕਦੇ ਭਾਜੀ? ਨਹੀਂ ਨਹੀਂ ਤੂੰ ਕਿਵੇਂ ਕਹਿ ਸਕਦਾ ਯਾਰ ਇਹ ਗੱਲ ਕਿਸੇ ਤੇ? ਭਾਜੀ ਸਾਰੀ ਕਾਂਗਰਸ ਪਾਰਟੀ ਦੱਸੋ ਯਾਰ, ਕਾਂਗਰਸ ਦੀ ਗੱਲ ਕਿੱਥੋਂ ਆ ਗਈ ਇੱਥੇ? ਕਾਂਗਰਸ ਤਾਂ ਗੱਲ ਹੀ ਨਹੀਂ ਹੈਗੀ, ਕਾਂਗਰਸ ਦੀ ਗੱਲ ਕਿੱਥੋਂ ਆ ਗਈ ਇੱਥੇ ਬੱਚੇ ਦੀ? ਮੈਨੂੰ ਨਹੀਂ, ਤੁਸੀਂ ਕਾਂਗਰਸ ਸਰ ਕਮਲਜੀਤ ਸਿੰਘ ਬਰਾੜ ਹੋ ਤੁਸੀਂ? ਹਾਂ ਹੈਗਾ, ਮੈਨੂੰ ਪਤਾ ਹੈ। ਮੈਂ ਇੱਕ ਸਿੱਖ ਵੀ ਹਾਂ। ਜਿਹੜੇ ਤੁਸੀਂ ਬਾਬਿਆਂ ਨੂੰ ਕਹਿੰਦੇ ਹੋ, ਪਰ ਇਹ ਬਿਲਕੁਲ ਗਲਤ ਗੱਲ ਕਰ ਰਹੇ ਤੁਸੀਂ ਭਾਜੀ। ਯਾਰ ਸਿਮਰਨ ਮੰਡ ਜੀ, ਮੈਂ ਆਪਦੀ ਪੱਗ ਲਾ ਕੇ ਕਿਸੇ ਦਾ ਬੁੱਤ ਨੀ ਸਾਫ਼ ਕਰਦਾ, ਮੈਨੂੰ ਪੱਗ ਦੀ ਆਪਦੀ ਦਸਤਾਰ ਦੀ ਅਹਿਮੀਅਤ ਪਤਾ ਹੈ। ਕੁਰਬਾਨ ਹੋਇਆ, ਸ਼ਹੀਦ ਹੋਇਆ, ਅਗਲਾ ਬੰਬ ਦਾ ਬਲਾਸਟ ਨਾਲ ਸ਼ਹੀਦ ਹੋਇਆ। ਕੌਣ ਸ਼ਹੀਦ ਹੋਇਆ? ਰਾਜੀਵ ਗਾਂਧੀ ਜੀ। ਨਹੀਂ, ਰਾਜੀਵ ਗਾਂਧੀ ਤੇ ਤੈਨੂੰ ਪੱਗ ਲਾ ਕੇ ਹੋਰ ਕੱਪੜਾ ਨੀ ਮਿਲਿਆ ਤੈਨੂੰ? ਨਹੀਂ 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 ਭਾਜੀ, ਇਹ ਗੱਲਾਂ ਜੇ ਅਸੀਂ ਇਸ ਘਟੀਆ ਹਰਕਤ ਨਾਲ, ਸੁਣ ਮੇਰੀ ਗੱਲ, ਤੇਰੀ ਇਸ ਘਟੀਆ ਤੇ ਗੰਦੀ ਹਰਕਤ ਨਾਲ ਸਿੱਖਾਂ ਦਾ ਚਿਹਰਾ ਪੂਰੀ ਦੁਨੀਆ ਦੇ ਵਿੱਚ ਕਿੱਦਾਂ ਮਾੜਾ ਹੋਇਆ ਹੈ ਤੈਨੂੰ ਪਤਾ? ਭਾਜੀ ਨਹੀਂ, ਇਹ ਤੁਹਾਡਾ ਨਿੱਜੀ ਵਹਿਮ ਹੈ। ਤੈਨੂੰ ਲੱਗਦਾ ਸੀ ਵੀ ਸੋਨੀਆ ਗਾਂਧੀ ਜਾਂ ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ ਤੈਨੂੰ ਕੋਈ ਅਹੁਦਾ ਰੁਤਬਾ ਦੇ ਦੂ? ਅਸੀਂ ਨਾ ਮੀਟ ਖਾਈਏ, ਨਾ ਸ਼ਰਾਬ ਖਾਈਏ, ਨਾ ਅੰਡਾ ਖਾਈਏ, ਨਾ ਕੁਛ ਨੀ ਖਾਂਦੇ। ਪੱਗ ਨਾਲ ਕਿਸੇ ਅਮਲਾ ਦਾ, ਕਿਸੇ ਲੋੜਵੰਦ ਦਾ ਪਿੰਡਾਂ ਤੇ ਸਿਰ ਤਾਂ ਟਕਿਆ ਜਾ ਸਕਦਾ, ਪੱਗ ਨਾਲ ਕਿਸੇ ਦਾ ਬੁੱਤ ਨਹੀਂ। ਇੱਕ ਭਾਰਤ ਰਤਨ ਦੇਖੋ ਭਾਜੀ, ਇੱਕ ਭਾਰਤ ਰਤਨ ਸੀ ਭਾਰਤ ਰਤਨ। ਤੂੰ ਮੂਰਖਾਂ ਦੀਆਂ ਗੱਲਾਂ ਕਰੀ ਜਾਂਦਾ, ਕਿਹੜੇ ਚੱਕਰਾਂ ਚ ਪੈ ਗਿਆ? ਕਿਉਂ ਤੂੰ ਬਦਨਾਮੀ ਕਰਾ ਰਿਹਾ ਕਾਂਗਰਸ ਪਾਰਟੀ ਤੇ ਸਿੱਖਾਂ ਦੀ? ਨਹੀਂ 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 ਭਾਜੀ, ਅਸੀਂ ਨਹੀਂ ਬਦਨਾਮੀ ਕਰ ਰਹੇ। ਸਾਡੇ ਕਾਂਗਰਸ ਪਾਰਟੀ ਪਲਾਟਾਂ ਕਬਜ਼ੇ ਕੀਤੇ ਆ ਪੰਜ ਸਾਲ, ਹਾਂ ਪੰਜ ਸਾਲਾਂ ਵਿੱਚ ਰਹਿ ਕੇ। ਤੂੰ ਆਪਦੀ ਪੋਸਟ ਡਿਲੀਟ ਕਰ ਜਿਹੜੀ ਤੂੰ ਮੇਰੇ ਬਾਰੇ ਲਿਖੀ ਆ, ਸਮਝਿਆ ਗੱਲ? ਤੇਰਾ ਮਤਲਬ ਨੀ ਬਣਦਾ ਮੇਰੀ ਸੋਚ ਦੇ ਉੱਤੇ ਕਿੰਤੂ ਪਰੰਤੂ ਕਰਦਾ, ਮੈਂ ਤੇਰੀ ਤੇ ਉਸ ਸੋਚ ਤੇ ਨਹੀਂ ਕਰਦਾ, ਹਾਲਾਂਕਿ ਤੇਰੀ ਸੋਚ ਦੂਆ ਤੇ ਘਟੀਆ ਹੈ। ਤੂੰ ਸਿੱਖ ਨਹੀਂ 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 ਮੈਂ ਸੰਤ ਨੂੰ ਮੰਨਦਾ ਹੀ ਨਹੀਂ, ਮੈਂ ਸੰਤ ਨੂੰ ਮੰਨਦਾ ਹੀ ਨਹੀਂ ਭਾਜੀ, ਗੱਲ ਇਹ ਆ। ਤੈਨੂੰ ਕੌਣ ਕਹਿੰਦਾ ਮੈਂ ਮੰਨਣ ਨਾਲ ਸੰਤ ਬਣ ਕੇ? ਉਹ ਕਤੀਰ ਬੰਦਾ ਤੂੰ, ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ। ਉਹ ਚੱਜ ਦਾ ਬੰਦਾ ਜਿਹਦਾ ਜਿਹਦੀ ਮਾੜੀ ਮੋਟੀ ਕੋਈ ਸੋਚ ਹੋਵੇ, ਉਹ ਚੱਜ ਦਾ ਬੰਦਾ ਕਹੇ ਮੈਂ ਸੰਤਾਂ ਨੂੰ ਮੰਨਦਾ ਨੀ। ਕਤੀੜਾਂ ਕਹਿਣਗੀਆਂ ਮੈਂ ਸੰਤਾਂ ਨੂੰ ਮੰਨਦਾ ਨੀ, ਕਤੀੜਾਂ ਨੂੰ ਮਨਵਾ ਕੇ ਵੀ ਕੀ ਲੈਣਾ ਸੰਤ? ਨਹੀਂ 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 ਭਾਜੀ, ਜੋ ਮਰਜ਼ੀ ਤੁਸੀਂ ਬੋਲੀ ਜਾਓ, ਆਪਾਂ ਤੁਹਾਡੇ ਨਾਲ ਬਿਲਕੁਲ 100% ਸਹਿਮਤ ਨਹੀਂ। ਸੁਣੋ, ਤੂੰ ਆਪਦੀ ਸੋਚ ਆਪਦੇ ਤੱਕ ਸੀਮਤ ਰੱਖ। ਬਸ ਠੀਕ ਆ, ਤੂੰ ਆਪਦੀ ਸੋਚ ਆਪਦੇ ਤੱਕ ਸੀਮਤ ਰੱਖ, ਮੇਰੀ ਪੋਸਟ ਡਿਲੀਟ ਕਰ, ਸਮਝਿਆ ਗੱਲ? ਕਮਲਜੀਤ ਸਿੰਘ।